फ्रांस ਦੇ ਵਿੱਚ ਜਿਹੜੀ ਹਿੰਸਾ ਆ ਉਹ ਘੱਟ ਤਾਂ ਹੋਈ ਆ, ਲੇਕਿਨ ਪੁਲਿਸ ਨੇ ਕਿਹਾ ਆ ਕਿ ਇਹ ਰੁਕ ਗਈ ਆ ਬਿਲਕੁਲ। ਇਹ ਕਹਿਣਾ ਜਿਹੜਾ ਉਹ ਜਲਦਬਾਜ਼ੀ ਹੋਏਗਾ। ਸੋ ਕੁਛ ਵੱਡੀਆਂ ਅਪਡੇਟਸ ਤੁਹਾਨੂੰ ਦੱਸਦਾ ਆ ਕਿ ਹਿੰਸਾ ਹਜੇ ਵੀ ਚੱਲ ਰਹੀ ਆ ਤੇ ਹੁਣ ਤੱਕ 3,000 ਜਿਹੜੇ ਉਹ ਗ੍ਰਿਫਤਾਰ ਕੀਤੇ ਗਏ ਆ ਬੰਦੇ। ਤੇ ਪੁਲਿਸ ਫਾਇਰਿੰਗ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਨਾਹਲ ਜੋ ਕਿ ਟੀਨੇਜਰ ਸੀਗਾ ਉਹਦੀ ਡੈਥ ਹੋ ਗਈ ਸੀਗੀ। ਤੇ ਉਹਨਾਂ ਦੇ ਦਾਦੀ ਜੀ ਨੇ ਕਿਹਾ ਆ ਕਿ ਸਕੂਲਾਂ ਦੇ ਉੱਪਰ ਹਮਲੇ ਬੰਦ ਕਰੋ, ਦੰਗੇ ਜਿਹੜੇ ਉਹ ਰੋਕੋ। ਸੋ ਫਰਾਂਸ ਦੇ ਵਿੱਚ 17 ਸਾਲ ਦੇ ਨਾਹਲ ਦੀ ਮੌਤ ਤੋਂ ਬਾਅਦ ਜਿਹੜਾ ਹਿੰਸਾ ਉਹ ਲਗਾਤਾਰ ਚੱਲ ਰਹੀ ਆ। ਫਰਾਂਸ ਦੀ ਮੀਡੀਆ ਦੇ ਮੁਤਾਬਕ ਪੁਲਿਸ ਨੇ ਐਤਵਾਰ ਨੂੰ ਲਗਭਗ 40 ਤੋਂ ਉੱਪਰ ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਸ ਤੋਂ ਪਹਿਲਾਂ ਐਤਵਾਰ ਨੂੰ 719 ਤੇ ਸ਼ੁੱਕਰਵਾਰ ਨੂੰ 1,300 ਲੋਕ ਗ੍ਰਿਫਤਾਰ ਕੀਤੇ ਗਏ। ਸੋ 3,000 ਦੇ ਕਰੀਬ ਲੋਕ ਹਿਰਾਸਤ ਦੇ ਵਿੱਚ ਜਿਹੜੇ ਉਹ ਆ ਗਏ ਆ। ਪੈਰਿਸ ਪੁਲਿਸ ਚੀਫ ਨੇ ਕਿਹਾ ਆ ਕਿ ਹਜੇ ਇਹ ਕਹਿਣਾ ਜਲਦਬਾਜ਼ੀ ਹੋਏਗਾ ਕਿ ਦੰਗੇ ਪੂਰੀ ਤਰ੍ਹਾਂ ਖਤਮ ਹੋ ਗਏ ਆ, ਨੁਕਸਾਨ ਘੱਟ ਹੋਇਆ ਆ, ਲੇਕਿਨ ਸਾਵਧਾਨੀ ਜਿਹੜੀ ਉਹ ਵਰਤੀ ਜਾਏਗੀ। ਪੁਲਿਸ ਦੀ ਜਿਹੜੀ ਗੋਲੀ ਦੇ ਨਾਲ ਲੱਗਣ ਤੋਂ ਬਾਅਦ ਗੋਲੀ ਲੱਗਣ ਤੋਂ ਬਾਅਦ ਜਿਹੜਾ ਨਾਹੇਲ ਉਹ ਮਰਿਆ ਆ, ਉਹਦੀ ਦਾਦੀ ਜਿਹੜੇ ਆ ਉਹਨਾਂ ਨੇ ਕਿਹਾ ਕਿ ਦੰਗਾ ਨਾ ਕਰੋ, ਦੰਗੇ ਬੰਦ ਕਰੋ, ਚੀਜ਼ਾਂ ਜਿਹੜੀਆਂ ਉਹ ਖਰਾਬ ਕਰਨੀਆਂ ਬੰਦ ਕਰੋ, ਖਿੜਕੀਆਂ ਨਾ ਤੋੜੋ, ਸਕੂਲਾਂ ਤੇ ਹਮਲੇ ਨਾ ਕਰੋ, ਅਸੀਂ ਚਾਹੁੰਦੇ ਹਾਂ ਕਿ ਸਾਰਾ ਕੁਝ ਜਿਹੜਾ ਉਹ ਠੀਕ ਹੋ ਜਾਏ। ਸੋ ਜ਼ਿਆਦਾਤਰ ਜਿਹੜੇ ਹਿਰਾਸਤ ਦੇ ਵਿੱਚ ਲਏ ਗਏ ਆ ਉਹ ਨਾਬਾਲਿਗ ਆ, ਤੇ ਹਿੰਸਾ ਦੇ ਵਿੱਚ 50 ਤੋਂ ਜ਼ਿਆਦਾ ਸੁਰੱਖਿਆ ਕਰਮੀ ਘਾਇਲ ਹੋਏ ਆ, ਤੇ 26 ਪੁਲਿਸ ਸਟੇਸ਼ਨ ਸਮੇਤ 74 ਬਿਲਡਿੰਗਾਂ ਨੂੰ ਜਿਹੜਾ ਨੁਕਸਾਨ ਪੁੱਜਿਆ ਆ, ਤੇ 577 ਤੋਂ ਜ਼ਿਆਦਾ ਗੱਡੀਆਂ ਜਿਹੜੀਆਂ ਉਹ ਅੱਗ ਦੇ ਹਵਾਲੇ ਹੋ ਗਈਆਂ ਆ। ਇੱਥੇ ਤੁਹਾਨੂੰ ਇੱਕ ਵੱਡੀ ਗੱਲ ਦੱਸ ਦਵਾਂ ਕਿ ਉੱਥੇ ਮੇਅਰ ਦੇ ਘਰ ਦੇ ਉੱਤੇ ਜਿਹੜਾ ਉਹ ਹਮਲਾ ਹੋਇਆ ਆ, ਤੇ ਪਤਨੀ ਤੇ ਬੇਟਿਆਂ ਨੇ ਜਿਹੜੀ ਉਹ ਭੱਜ ਕੇ ਜਾਨ ਬਚਾਈ ਆ। ਸੋ ਜੋ ਕਿ ਇੱਕ ਬਹੁਤ ਮਾੜੀ ਖਬਰ ਆ। ਲੇ ਦੇ ਰੋਸਿਸ ਇਦਾਂ ਇੱਕ ਏਰੀਆ ਆ, ਉੱਥੇ ਹੋਇਆ ਆ ਇਹ। ਤੇ ਇਸ ਦੌਰਾਨ ਮੇਅਰ ਦੀ ਪਤਨੀ ਤੇ ਉਹਨਾਂ ਦੇ 5 ਤੇ 7 ਸਾਲ ਦੇ 2 ਬੇਟੇ ਘਰ ਦੇ ਵਿੱਚ ਮੌਜੂਦ ਸੀਗੇ, ਤੇ ਉਹਨਾਂ ਨੇ ਭੱਜ ਕੇ ਜਿਹੜੀ ਉਹ ਆਪਣੀ ਜਾਨ ਬਚਾਈ। ਸੋ ਇਹ ਬਹੁਤ ਜਿਹੜੀ ਇਹਦਾ ਇੰਪੈਕਟ ਪਏਗਾ, ਇਹ ਬਹੁਤ ਮਾੜੀ ਗੱਲ ਆ। ਫ੍ਰੈਂਚ ਜਿਹੜੇ ਇੱਥੋਂ ਦੇ ਨਾਗਰਿਕ ਆ, ਤੇ ਜੇਕਰ ਉਹੀ ਸੁਰੱਖਿਅਤ ਨਹੀਂ ਹੈਗੇ ਤੇ ਲੋਕ ਜਿਹੜਾ ਉਹ ਸਵਾਲ ਚੱਕਣਗੇ। ਸੋ ਨੇਤਾ ਜਿਹੜੇ ਉਹਨਾਂ ਦੇ ਨਾਲ ਮੁਲਾਕਾਤ ਕਰਨਗੇ। ਫਰਾਂਸ ਦੇ ਰਾਸ਼ਟਰਪਤੀ ਜਿਹੜੇ ਇਮੈਨੁਅਲ ਮੈਕਰੋਂ, ਦੋਨੋਂ ਸਦਨ ਦੇ ਨੇਤਾਵਾਂ ਨਾਲ ਜਿਹੜੀ ਉਹ ਮੁਲਾਕਾਤ ਕਰਨਗੇ। ਸੋ ਵੀਰੋ ਬੰਦ ਹੋਣਾ ਚਾਹੀਦਾ ਆ, ਟੂਰਿਜ਼ਮ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਆ, ਬਹੁਤ ਸਾਰੀਆਂ ਕੈਂਸਲੇਸ਼ਨ ਹੋਈਆਂ ਆ, ਤੇ ਟੂਰਿਜ਼ਮ ਨੂੰ ਬਹੁਤ ਧੱਕਾ ਵੱਜਾ ਆ। ਕੋਵਿਡ ਤੋਂ ਬਾਅਦ ਇਹ ਬਹੁਤ ਤੁਸੀਂ ਕਹਿ ਲਓ ਇੰਪੋਰਟੈਂਟ ਦੌਰ ਸੀ, ਬਹੁਤ ਲੋਕ ਆ ਰਹੇ ਸੀਗੇ ਫਰਾਂਸ ਦੇ ਵਿੱਚ, ਤੇ ਇਹਦੇ ਨਾਲ ਹੁਣ ਜਿਹੜੀ ਉਹ ਇਮੇਜ ਨੂੰ ਵੀ ਧੱਕਾ ਵੱਜਾ ਆ, ਤੇ ਪੂਰੀ ਦੁਨੀਆ 'ਚ ਲੋਕ ਹੁਣ ਡਰ ਰਹੇ ਆ ਆਉਣ ਦੇ ਲਈ। ਸੋ ਬਾਕੀ ਉਮੀਦ ਕਰਦੇ ਹਾਂ ਕਿ ਜਲਦੀ ਸਾਰਾ ਕੁਝ ਖਤਮ ਹੋਏਗਾ, ਤੇ ਖਬਰਾਂ ਚੈੱਕ ਕਰਦੇ ਰਹੋ ਤੁਸੀਂ।